ਗੁਰਦੇਵ ਸਿੰਘ ਰੁਪਾਣਾ ਦੀ ਪੁਸਤਕ ਆਮ ਖਾਸ ਦੀ ਕਹਾਣੀ ਹੈ ਰੂਸ ਰੂਸ ਅਮਰੀਕਾ ਅਮਰੀਕਾ ਅੱਜ ਅਸੀਂ ਚਾਹ ਪੀਵਾਂਗੇ ਪ੍ਰਦਮਨ ਸਿੰਘ ਨੇ ਐਲਾਨ ਕੀਤਾ ਜ਼ਰੂਰ ਪੀਵਾਂਗੇ ਰਾਜਾ ਸਾਹਿਬ ਉਹਦੇ ਨੌਕਰ ਮਸੂ ਨੇ ਚੈੱਕ ਕੇ ਕਿਹਾ ਉਸੇ ਸ਼ਾਨ ਨਾਲ ਚਾਹ ਪੀਵਾਂਗੇ ਜਨਾਬ ਚਾਹ ਤਾਂ ਪ੍ਰਦਮਨ ਸਿੰਘ ਨੇ ਤੇ ਪੀਂਦਾ ਸੀ ਦੋ ਤਿੰਨ ਵਾਰ ਦਿਨ ਵਿੱਚ ਅੱਜ ਸ਼ਾਨ ਨਾਲ ਪੀਵਾਂਗੇ ਯਾਨੀ ਪੂਰਾ ਦਸਤਰਖਾਨ ਸਜਾ ਕੇ ਜਿਵੇਂ ਆਜ਼ਾਦੀ ਤੋਂ ਪਹਿਲਾਂ ਪੀਂਦੇ ਹੁੰਦੇ ਸੀ ਤਦੋਂ ਅੰਗਰੇਜ਼ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਜਹੂ ਰੈਲਕਾਰ ਦੌਰੇ ਤੇ ਆਇਆ ਕਰਦੇ ਸਨ ਸ਼ਾਹੀ ਸ਼ਾਨ ਨਾਲ ਯਾਨੀ ਸ਼ਾਨ ਜੋ ਅੰਗਰੇਜ਼ਾਂ ਦੇ ਨਾਲ ਹੀ ਚਲੀ ਗਈ ਸੀ ਜ਼ੈਲਦਾਰੀ ਚਲੀ ਗਈ ਵਕਾਰ ਖਤਮ ਹੋ ਗਿਆ ਛੋਟੇ ਪੁੱਤਰ ਨੂੰ ਡਕੈਤੀ ਦੇ ਕੇਸ ਚ ਕੈਦ ਹੋ ਗਈ ਵੱਡੇ ਪੁੱਤਰ ਨੇ ਆਪਣੇ ਹਿੱਸੇ ਦੀ ਜ਼ਮੀਨ ਐ ਆਸ਼ੀ ਦੇ ਜੂਏ ਚੁੜਾ ਦਿੱਤੀ ਤੇ ਸਭ ਤੋਂ ਸ਼ਰਮ ਵਾਲੀ ਗੱਲ ਉਹਨੇ ਇਹ ਕੀਤੀ ਕਿ ਉਹ ਜੁੱਲੀ ਚੁੱਕਾ ਵਾਂਗ ਆਪਣੇ ਸਹੁਰੇ ਘਰ ਜਾ ਬੈਠਾ ਤੇ ਆਪਣੀ ਬੋਟੀ ਦੀ ਜਾਇਦਾਦ ਉੱਤੇ ਗੁਜ਼ਾਰਾ ਕਰ ਰਿਹਾ ਸੀ। ਇਹਨਾਂ ਸਦਮਿਆਂ ਦੀ ਮਾਰੀ ਪਰਦਮਨ ਸਿੰਘ ਦੀ ਪਤਨੀ ਝੂਰ-ਝੂਰ ਕੇ ਪੂਰੀ ਹੋ ਗਈ ਤੇ ਪਰਦਮਨ ਸਿੰਘ ਘਰ ਚ ਇਕੱਲਾ ਰਹਿ ਗਿਆ। ਇਹ ਸਭ ਕੁਝ ਅੰਗਰੇਜ਼ ਦੇ ਚਲੇ ਜਾਣ ਕਰਕੇ ਹੀ ਹੋਇਆ ਸੀ। ਜੇ ਅੰਗਰੇਜ਼ ਹੁੰਦੇ ਉਹਦੇ ਪੁੱਤਰ ਨੂੰ ਕੈਦ ਨਹੀਂ ਸੀ ਹੋਣੀ। ਜਿਸ ਤਰ੍ਹਾਂ ਡਰਾ ਧਮਕਾ ਕੇ ਉਹਦੇ ਵੱਡੇ ਪੁੱਤਰ ਨੇ ਪ੍ਰਦਮਨ ਸਿੰਘ ਨੂੰ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਵਾਸਤੇ ਮਜਬੂਰ ਕਰ ਦਿੱਤਾ ਸੀ ਅੰਗਰੇਜ਼ਾਂ ਦੇ ਰਹਿੰਦੇ ਉਹਦੀ ਹਿੰਮਤ ਨਹੀਂ ਸੀ ਪੈਣੀ ਪ੍ਰਦਮਨ ਸਿੰਘ ਸੋਚਦਾ ਪਰ ਅੰਗਰੇਜ਼ ਚਲੇ ਕਿਉਂ ਗਏ ਜਨਾਬ ਮਸੂ ਨੇ ਪੁੱਛਿਆ ਪ੍ਰਦਮਨ ਸਿੰਘ ਨੇ ਮਸੂ ਦੀ ਗੱਲਾਂ ਸੁਣੀ ਕਰਕੇ ਆਪਣੀ ਗੱਲ ਜਾਰੀ ਰੱਖੀ ਹੁਣ ਕੋਈ ਵੀ ਲੱਲੂ ਪੰਜੂ ਆਪਣੇ ਵਰਗੇ ਲੁੱਟਰ ਇਕੱਠੇ ਕਰਕੇ ਨਾਰੇ ਲਾਉਂਦਾ ਏ ਡੱਬਿਆਂ ਚੋਂ ਪਰਚੀਆਂ ਕੱਢੀਆਂ ਤੇ ਬਣ ਗਏ ਚੌਧਰੀ ਅਖੇ ਸਾਡੀ ਅਕਸਰੀਅਤ ਮਤਲਬ ਬਹੁ ਗਿਣਤੀ ਹੋ ਗਈ ਤੇ ਹੁਣ ਚੌਧਰੀ ਨਿਕਲਦੇ ਨੇ ਸੰਦੂਕੜੀਆਂ ਵਿੱਚੋਂ ਪਹਿਲਾਂ ਚੌਧਰੀ ਆਉਂਦੇ ਹੁੰਦੇ ਸੀ ਖਾਨਦਾਨਾਂ ਵਿੱਚੋਂ ਇਹ ਅੰਗਰੇਜ਼ ਚਲੇ ਕਿਉਂ ਗਏ ਮਸੂਲੇ ਕਿਆ ਉਹਨਾਂ ਕੋਲ ਫੌਜ ਸੀ ਇੰਨੀ ਸਾਰੀ ਪੁਲਿਸ ਸਾਰੇ ਮੁਲਕ ਦੇ ਲਾਇਸੈਂਸੀ ਲਾਇਸੈਂਸ ਲੈ ਕੇ ਬੰਦੂਕਾਂ ਰੱਖਣ ਵਾਲੇ ਉਹਨਾਂ ਦੇ ਵੱਲ ਸੀ ਤੇ ਫੇਰ ਉਹ ਡੰਡੇ ਸੋਟੇ ਵਾਲਿਆਂ ਤੋਂ ਡਰ ਕੇ ਕਿਉਂ ਚਲੇ ਗਏ ਰੱਬ ਤੋਂ ਡਰ ਕੇ ਆ ਨਾ ਜੇ ਸਾਰਾ ਪਿੰਡ ਇੱਕ ਪਾਸੇ ਹੁੰਦਾ ਤੇ ਜਨਾਬ ਤੁਸੀਂ ਇੱਕ ਪਾਸੇ ਜਨਾਬ ਇੱਕ ਇੱਕ ਗੋਲੀ ਨਾਲ ਚਾਰ ਚਾਰ ਨੂੰ ਰੇਡ ਦਿੰਦੇ ਮੈਂ ਜਾਣਦਾ ਜਨਾਬ ਦੇ ਨਿਸ਼ਾਨੇ ਨੂੰ ਫਿਰ ਅੰਗਰੇਜ਼ ਚਲੇ ਕਿਉਂ ਗਏ ਡਰ ਕੇ ਨਹੀਂ ਗਏ ਪ੍ਰਦਮਨ ਸਿੰਘ ਨੇ ਕਿਹਾ ਕੋਈ ਹੋਰ ਵਜ੍ਹਾ ਸੀ ਉਹੀ ਤਾਂ ਪੁੱਛਦਾ ਜਨਾਬ ਤੋਂ ਤੁਹਾਡਾ ਤਾਂ ਅੰਗਰੇਜ਼ਾਂ ਨਾਲ ਉੱਠਣ ਬੈਠਣ ਸੀ ਤੁਹਾਨੂੰ ਤਾਂ ਦੱਸ ਗਏ ਹੋਣਗੇ ਅੰਗਰੇਜ਼ਾਂ ਦਾ ਆਪਣਾ ਵਤਨ ਦੂਜੀ ਜੰਗ 'ਚ ਹਿਟਲਰ ਨੇ ਬੰਬ ਸੁੱਟ-ਸੁੱਟ ਕੇ ਤਬਾਹ ਕਰਤਾ ਸੀ आनंदन ਨੂੰ ਖੰਡਰ ਬਣਾਤਾ ਸੀ ਅੰਗਰੇਜ਼ ਆਪਣਾ ਵਤਨ ਸੰਭਾਲਦੇ ਜਾਂ ਸਾਡਾ ਪ੍ਰਦਮਨ ਸਿੰਘ ਨੇ ਦੱਸਿਆ ਮੈਂ ਆਖਾਂ ਇੰਨੇ ਜ਼ੋਰawar ਅੰਗਰੇਜ਼ ਚਲੇ ਕਿਉ ਗਏ ਮਸੂ ਨੇ ਖੁਸ਼ ਹੋ ਕੇ ਕਿਹਾ ਅਜੰਦਰ ਲਈ ਗੱਲ ਦਾ ਪਤਾ ਚੱਲਿਆ ਪ੍ਰਦਮਨ ਸਿੰਘ ਤੇ ਮਸੂ ਤੋਂ ਇਲਾਵਾ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾਂ ਸਨ ਇਸ ਘਰ ਵਿੱਚ ਉਹਨਾਂ ਦੀ ਵਰਤੋਂ ਸ਼ਾਹੀ ਚਾਹ ਸਮੇਂ ਕੀਤੀ ਜਾਏਗੀ ਮਸੂਨੇ ਸ਼ਾਹੀ ਮੇਜ਼ ਕੁਰਸੀਆਂ ਸਾਫ਼ ਕੀਤੀਆਂ ਤੇ ਬੈਠਕ ਦੇ ਵਿੱਚ ਘਰ ਸਜਾ ਦਿੱਤੀਆਂ ਮੇਜ਼ ਉੱਤੇ ਚਿੱਟਾ ਫੁੱਲਾਂ ਵਾਲਾ ਮੇਜ਼ਪੋਸ਼ ਵਿਛਾ ਦਿੱਤਾ ਚੁੱਲ੍ਹੇ 'ਚ ਅੱਗ ਬਾਲ ਕੇ ਪਾਣੀ ਦਾ ਪਤੀਲਾ ਚੜਾ ਦਿੱਤਾ ਤੇ ਆਪ ਘਰੋਂ ਬਾਹਰ ਚਲਾ ਗਿਆ 20 ਮਿੰਟ ਪਿਛੋਂ ਮਸੂ ਪਰਤ ਆਇਆ ਉਹਦੇ ਹੱਥ 'ਚ ਬਿਸਕੁਟਾਂ ਵਾਲਾ ਲਫਾਫਾ ਸੀ ਘਰ ਆਇਆ ਨੁਕਲਪਾਣੀ ਪਰਦਮਨ ਸਿੰਘ ਨੇ ਪੁੱਛਿਆ 1 ਰੁਪਈਏ ਦੀਆਂ ਬਸ ਮਸੂਨੇ ਉੱਠਲ ਕੇ ਕਿਹਾ ਗਰਮ-ਗਰਮ ਬਣਾ ਰਿਆ ਸੀ ਪਾਨੀ ਸ਼ਾਹ ਜਦੋਂ ਦੰਦਾ ਹੇਠ ਫਿਸਦੀਆਂ ਸਾਰਾ ਮੂੰਹ ਰਸ ਨਾਲ ਭਰ ਜਾਂਦਾ ਕੁਛ ਨਾ ਪੁੱਛੋ ਜਨਾਬ ਸਿਫਤ ਕੀਤੀ ਨਹੀਂ ਜਾਂਦੀ ਵਾਰੇ-ਵਾਰੇ ਜਾਈਏ ਜਲੇਬੀ ਦੀ ਕਾੜ ਕੱਢਣ ਵਾਲੇ ਦੇ ਮਸੂ ਜਲੇਬੀਆਂ ਖਾਣ ਨੂੰ ਨੁਕਲ ਪਾਣੀ ਕਰਨਾ ਕਿਆ ਕਰਦਾ ਸੀ ਮਹੀਨੇ 'ਚ 2-3 ਵਾਰੀ ਨੁਕਲ ਪਾਣੀ ਕਰਨਾ ਪਰ ਦਮਨ ਸਿੰਘ ਦੇ ਉਤਾਰੇ ਪੁਤਾਰੇ ਕੱਪੜੇ ਪਾ ਲੈਣਾ ਤੇ ਦੋ ਡੰਗ ਦੀ ਰੋਟੀ ਇਹ ਮਸੂ ਦੀ ਤਨਖਾਹ ਸੀ ਹੋਰ ਕੋਈ ਉਹਨੂੰ ਇਹ ਤੋਂ ਵੱਧ ਦੇਣ ਵਾਸਤੇ ਤਿਆਰ ਨਹੀਂ ਸੀ ਤੇ ਪ੍ਰਦਮਨ ਸਿੰਘ ਇਹ ਤੋਂ ਵੱਧ ਦੇ ਨਹੀਂ ਸੀ ਸਕਦਾ ਮਸੂਨੇ ਇੱਕ ਰਸਮ ਵਾਂਗ ਚਾਰ ਪਿਆਲੀਆਂ 'ਚ ਚਾਹ ਬਣਾਉਣੀ ਸ਼ੁਰੂ ਕੀਤੀ ਚੀਨੀ ਕਿੰਨੇ ਚਮਚ ਜਨਾਬ ਮਸੂਨੇ ਉਸੇ ਤਰ੍ਹਾਂ ਪੁੱਛਿਆ ਜਿਵੇਂ ਪ੍ਰਦਮਨ ਸਿੰਘ ਆਪ ਦੇ ਸ਼ਾਹੀ ਮਹਿਮਾਨਾਂ ਨੂੰ ਪੁੱਛਿਆ ਕਰਦਾ ਸੀ ਇੱਕ ਚਮਚ ਮਸੂ ਪਿਆਲੇ ਚਮਚੇ ਦੇ ਸੱਸਰ ਜਾਣਬੁੱਝ ਕੇ ਖੜਕਾ ਰਿਹਾ ਸੀ ਇਹਨਾਂ ਦੀ ਆਵਾਜ਼ ਪ੍ਰਦਮਨ ਸਿੰਘ ਨੂੰ ਬਹੁਤ ਚੰਗੀ ਲੱਗਦੀ ਸੀ ਪਹਿਲਾ ਮਸੂਨੇ ਚਾਹ ਦਾ ਪਿਆਲਾ ਪੇਸ਼ ਕੀਤਾ ਫਿਰ ਬਿਸਕਟਾਂ ਵਾਲੀ ਰਕੀ ਵੀ ਅੱਗੇ ਪੇਸ਼ ਕੀਤੀ ਪਰਦਮਨ ਸਿੰਘ ਦੇ ਕਹਿਣ ਤੇ ਇੱਕ ਪਿਆਲਾ ਆਪ ਲੈ ਕੇ ਫਰਸ਼ ਉਤੇ ਸ਼ਰਦਾ ਭਾਵ ਨਾਲ ਬੈਠ ਗਿਆ ਬਿਸਕਟ ਲੈਲਾਸੂ ਮਸੂ ਨਈ ਰਾਜਾ ਸਾਹਿਬ ਜਲੇਬੀਆਂ ਦੇ ਉੱਤੋਂ ਕੋਈ ਚੀਜ਼ ਸਵਾਦ ਨਹੀਂ ਲੱਗਦੀ ਪਰਦਮਨ ਸਿੰਘ ਨੂੰ ਖੁਸ਼ ਵੇਖਣ ਵਾਸਤੇ ਮਸੂ ਬੋਲਿਆ ਹੁਕਮ ਹੋਵੇ ਤਾਂ ਕਿਤਾਬ ਲਿਆਵਾਂ ਜਨਾਬ ਪਰਦਮਨ ਸਿੰਘ ਦੇ ਘਰ ਉਹਦੇ ਦਾਦੇ ਦੇ ਸਮੇਂ ਤੋਂ ਇੱਕ ਲੌਗ ਬੁੱਕ ਰੱਖੀ ਹੋਈ ਸੀ ਜਿਸ ਤੋਂ ਦੌਰੇ ਉੱਤੇ ਆਏ ਅੰਗਰੇਜ਼ ਹਲਕਾਰ ਜੇਲਦਾਰ ਦੀ ਕਾਰਜਗੁਜ਼ਾਰੀ ਤੇ ਵਫਾਦਾਰੀ ਬਾਰੇ ਕੁਝ ਲਿਖ ਜਾਂਦੇ ਸਨ ਤਾਂ ਕਿ ਸਨਦ ਰਹੇ ਇੱਕ ਥਾਂ ਉੱਤੇ ਪ੍ਰਦਮਨ ਸਿੰਘ ਦੀ ਤਾਰੀਫ ਚ ਲਿਖਿਆ ਹੋਇਆ ਸੀ ਜੇਲਦਾਰ ਪ੍ਰਦਮਨ ਸਿੰਘ ਨੇ ਬਾਗੀਆਂ ਬਾਰੇ ਖਬਰ ਦਿੱਤੀ ਜਿਸ ਕਰਕੇ ਬਾਗੀ ਫੜੇ ਗਏ ਖੁਸ਼ ਹੋ ਕੇ ਸਰਕਾਰ ਬਹਾਦਰ ਜੇਲਦਾਰ ਪ੍ਰਦਮਨ ਸਿੰਘ ਨੂੰ 10 ਰੁਪਏ ਨਗਦ ਇਨਾਮ ਦਿੰਦੀ ਹੈ ਇਸ ਲੌਗ ਬੁੱਕ ਨੂੰ ਪੜ੍ਹ ਕੇ ਪ੍ਰਦਮਨ ਸਿੰਘ ਦੀਆਂ ਨੇ ਕਾਂ ਦੁਪਹਿਰਾਂ ਖੁਸ਼ੀ ਬੀਤੀਆਂ ਸਨ ਦੋਵਾਂ ਨੇ ਇੱਕ ਇੱਕ ਪਿਆਲਾ ਖਤਮ ਕਰਕੇ ਚਿਪਚਾਪ ਕਾਲਪਨਿਕ ਮਹਿਮਾਨਾਂ ਦੇ ਨਾਂ ਤੇ ਇੱਕ ਪਿਆਲਾ ਹੋਰ ਚੁਕ ਲਿਆ ਮੱਸੂ ਪਰਦਮਨ ਸਿੰਘ ਨੂੰ ਖੁਸ਼ ਕਰਨਾ ਚਾਹੁੰਦਾ ਸੀ ਪਰ ਉਹਨੂੰ ਕੋਈ ਗੱਲ ਨਹੀਂ ਸੀ ਸੁਝਰੀ ਨਾਉ ਜੀਪ ਸੀ ਨਾ ਟਰੱਕ ਸੀ ਨਾ ਕਾਰ ਤੇ ਨਾ ਕੋਈ ਬੱਸ ਸੀਗੀ ਮੱਸੂ ਨੇ ਗੱਲ ਚਲਾਉਣ ਵਾਸਤੇ ਅਧੂਰੀ ਗੱਲ ਕੀਤੀ ਕੀ ਗੱਲ ਕਰਦਾ ਜਨਾਬ ਇੱਕ ਚੀਜ਼ ਵੇਖੀ ਸੜਕ ਤੇ ਖੜੀ ਹੋਈ ਦਵਾਲੇ ਪੇੜ ਜੁੜੀ ਹੋਈ ਸੀ ਕੀ ਸੀ ਬੋਲਵੀ ਮੈਂ ਪੁੱਛਿਆ ਤਾਂ ਪਤਾ ਚੱਲਿਆ ਉਹ ਹਲਵਾਉਣ ਵਾਲੀ ਮਸ਼ੀਨ ਸੀ ਅੱਛਾ ਟਰੈਕਟਰ ਵੇਖਿਆ ਹੈ ਹਾਂ ਜਨਾਬ ਇਹੀ ਦੱਸਿਆ ਸੀ ਨੌ ਸਿਆੜ ਕੱਢਦੀ ਹੈ ਇੱਕੋ ਵਾਰ ਬਲਦਾਂ ਤੋਂ 4 ਗੁਣਾ ਤੇਜ਼ ਭੱਜਦੀ ਹੈ ਜਨਾਬ ਆਪਾਂ ਵੀ ਲੈ ਆਏ ਇਹ ਮਸੂ ਨੇ ਮਿੰਨਤ ਕਰਨ ਵਾਂਗ ਆਖਿਆ ਕਿਸ ਵਾਸਤੇ ਪਰ ਦਮਨ ਸਿੰਘ ਨੇ ਠੰਡਾ ਸਾ ਲੈ ਕੇ ਕਿਹਾ ਔਲਾਦ ਨਾ ਹੋਵੇ ਇੱਕ ਦੁੱਖ ਹੋ ਕੇ ਗੰਦੀ ਨਿਕਲ ਜਾਏ ਸੌ ਦੁੱਖ ਜੱਪਾ ਤੇ ਰਾਜਾ ਹੁਣ ਵੱਡੇ ਵੱਡੇ ਹੋ ਗਏ ਹੋਣਗੇ ਮਸੂ ਨੇ ਪ੍ਰਦਮਨ ਸਿੰਘ ਨੂੰ ਪੋਤਰੇ ਯਾਦ ਕਰਵਾਏ ਜੇ ਇੱਥੇ ਹੁਣ ਤਾਂ ਘਰ ਚ ਰੌਣਕਾਂ ਆ ਜਾਣ ਪ੍ਰਦਮਨ ਸਿੰਘ ਨੇ ਹੱਥ ਖੜਾ ਕਰਕੇ ਮਸੂ ਨੂੰ ਚੁੱਪ ਰਹਿਣ ਵਾਸਤੇ ਕਿਹਾ ਮਸੂ ਉੱਠ ਕੇ ਬਾਹਰ ਚਲਾ ਗਿਆ ਥੋੜੀ ਦੇਰ ਬਾਅਦ ਪ੍ਰਦਮਨ ਸਿੰਘ ਨੇ ਬ੍ਰੀਚਸ ਤੇ ਟਿਊਨਿਕ ਲਾਇਆ ਦੂਜੇ ਫਿਰ ਐਂਕਲਟ ਲਿਆ ਦਿੱਤੇ ਪ੍ਰਦਮਨ ਸਿੰਘ ਤਿਆਰ ਹੋਣ ਲੱਗਾ ਮਸੂ ਘੋੜੇ ਤਿਆਰ ਕਰਨ ਵਾਸਤੇ ਬਾਹਰ ਨਿਕਲ ਗਿਆ ਇੱਕ ਮੋਢੇ ਉੱਪਰ ਬੰਦੂਕ ਦੂਜੇ ਉੱਪਰ ਕਾਰਤੂਸਾਂ ਦੀ ਪੇਟੀ ਲਟਕਾਈ ਮਸੂਫੇਰ ਹਾਜ਼ਰ ਹੋ ਗਿਆ। ਚਲਿਏ ਜਨਾਬ ਘੋੜੀ ਤਿਆਰ ਹੈ। ਤੇ ਉਹ ਪ੍ਰਦਮਨ ਸਿੰਘ ਨੇ ਮੁਠੀ ਬੰਦ ਕਰਕੇ ਬਾਹ ਹਵਾ ਚ ਲਹਿਰਾਈ। ਮਸੂ ਨੇ ਚਮੜੇ ਚ ਮੜੀ ਹੋਈ ਬੈਂਤ ਲਿਆ ਦਿੱਤੇ। ਉਹ ਪੂਰਬ ਵੱਲ ਨਿਕਲ ਕੇ ਰਸਤੇ ਉੱਪਰ ਪੈ ਗਏ। ਉਹਨਾਂ ਦੀ ਪਿੱਠ ਵੱਲੋਂ ਪਛੋਂ ਦੀ ਹਲਕੀ ਹਲਕੀ ਠੰਡੀ ਹਵਾ ਵਗ ਰਹੀ ਸੀ। ਗੱਡਿਆਂ ਦੇ ਪਹੀਆਂ ਹੇਠ ਰਸਤੇ ਦੀ ਸੁਰਮੇ ਵਾਂਗ ਬਰੀਕ ਹੋਈ ਰੇਤ ਘੋੜੀ ਦੇ ਖੁਰਾਂ ਨਾਲ ਸਿਰ ਤੱਕ ਉੱਚੀ ਉੱਡਦੀ। ਪੀਕ ਘੋੜੀ ਦੀਆਂ ਨਾਸਾਂ ਚ ਦਾਖਲ ਹੁੰਦੀ ਤਾਂ ਘੋੜੀ ਫਰਾਟੇ ਛੱਡਦੀ ਰਸਤੇ ਦੇ ਦੋਹੀਂ ਪਾਸੇ ਫਸਲਾਂ ਪੱਕਣ ਤੇ ਜਵਾਰਾ ਨੂੰ ਸਿੱਟੇ ਪੈ ਚੁੱਕੇ ਸਨ ਗਵਾਰੇ ਦੇ ਮੂੰਗੀ ਮਾਂ ਦੀਆਂ ਫਸਲਾਂ ਲੱਦੀਆਂ ਫਲੀਆਂ ਨਾਲ ਲੱਦੀਆਂ ਪਈਆਂ ਸਨ ਕਿਤੇ ਕਿਸਾਨ ਕਣਕ ਵਾਸਤੇ ਖੇਤਾਂ ਨੂੰ ਤਿਆਰ ਕਰਦੇ ਨਜ਼ਰ ਆ ਰਹੇ ਸਨ ਠੰਡੀ ਹਵਾ ਦੇ ਖੁੱਲੇ ਦ੍ਰਿਸ਼ ਨੇ ਮੱਸੂ ਦੇ ਮਨ ਚ ਪੁਰਾਣੀਆਂ ਯਾਦਾਂ ਜਗਾ ਦਿੱਤੀਆਂ ਕਦੇ ਉਸ ਮੀਮ ਦੀ ਗੱਲ ਛੇੜਦਾ ਜਿਹਨੂੰ ਘੋੜੇ ਦੀ ਸਵਾਰੀ ਦਾ ਸ਼ੌਕ ਸੀ ਕਦੇ ਪ੍ਰਦਮਨ ਸਿੰਘ ਦੇ ਜਵਾਨੀ ਵੇਲੇ ਦੀਆਂ ਯਾਦਾਂ ਦੁਹਰਾ ਦਿੰਦਾ ਇੱਕ ਪਾਸੇ ਤੋਂ ਤਿੱਤਰ ਬੋਲਿਆ ਲਓ ਰਾਜਾ ਸਾਹਿਬ ਮਸੂਨੇ ਬੰਦੂਕ ਮੋਢੇ ਤੋਂ ਲਾ ਕੇ ਪ੍ਰਦਮਨ ਸਿੰਘ ਵੱਲ ਕੀਤੀ ਫੁੰਡ ਦੇ ਉਹ ਘੋੜੀ ਤੇ ਬੈਠੇ ਬੈਠੇ ਬਹੁਤ ਦੂਰ ਦਰਖਤ 'ਚ ਬੈਠਾ ਹੈ ਪ੍ਰਦਮਨ ਸਿੰਘ ਨੇ ਬਹਾਨਾ ਕਰਨ ਵਾਂਗ ਕਿਹਾ ਜੈਲਦਾਰੀ ਚਲੇ ਜਾਣ ਨਾਲ ਪ੍ਰਦਮਨ ਸਿੰਘ ਨੂੰ ਇੰਨਾ ਕੁ ਹਿਸਾਬ ਤਾਂ ਸਮਝ ਆ ਗਿਆ ਸੀ ਕਿ 2.5 ਰੁਪਏ ਦਾ ਕਾਰਤੂਸ ਚਲਾ ਕੇ ਇੱਕ ਤਿ ਤਰ ਮਾਰਨ ਨਾਲੋਂ 1.5 ਰੁਪਏ ਸ਼ੇਰ ਸ਼ੇਰ ਦਾ ਗੋਸ਼ਤ ਖਰੀਦਣਾ ਸਸਤਾ ਪੈਂਦਾ। ਉਧਰ ਆਪਣੇ ਟਿੱਬੇ ਵੱਲ ਚੱਲਦੇ ਹਾਂ ਝਾੜੀਆਂ 'ਚ ਬਥੇਰੇ ਤਰ ਮਿਲ ਜਾਣਗੇ ਪਰ ਦਮਨ ਸਿੰਘ ਨੇ ਕਿਹਾ ਟਿੱਬੇ ਤੋਂ ਪਹਿਲਾਂ ਪ੍ਰਦਮਨ ਸਿੰਘ ਦੇ ਖੇਤ ਸਨ। ਖੇਤ ਵਿੱਚ ਉੰਜ ਤਾਂ ਨਰਮਾ ਬੀਜਿਆ ਸੀ ਪਰ ਫਸਲ ਨਾਲੋਂ ਵੱਧ ਫालतू ਪੌਦਿਆਂ ਨਾਲ ਧਰਤੀ ਸੀਤੀ ਪਈ ਸੀ। ਨਰਮੇ ਦੇ ਪੌਦੇ ਪੀਲੇ ਪੈ ਚੁੱਕੇ ਸੀ ਖੱਬਲ, ਪਖੜਾ, ਇੱਟ ਸਿੱਟ ਤੰਦਲਾ, ਬਰੂਕਾ ਉੱਤੇ ਜੋਬਨ ਸੀ। ਚੱਕਰ ਲਾ ਕੇ ਪਰਦਮਨ ਸਿੰਘ ਨੇ ਇੱਕ ਨੁੱਕਰ ਚ ਘੋੜੀ ਰੋਕ ਲਈ ਪੌਦੇ ਮੁੱਛੇ ਘੱਟ ਸਨ ਮਿੱਧੇ ਵੱਧ ਸਨ ਜਿਵੇਂ ਡੰਗਰ ਭਿੜਦੇ ਰਹੇ ਹੋਣ ਵੇਖੋ ਕਿਵੇਂ ਫਸਲ ਉਜਾੜੀ ਪਈ ਆ ਪਰਦਮਨ ਸਿੰਘ ਨੇ ਕਿਹਾ ਇਹ ਰੋਜਾਂ ਦੀ ਕਰਤੂਤ ਹੈ ਆਪਸ ਵਿੱਚ ਭਿੜਦੇ ਰਹੇ ਹੋਣਗੇ ਆਹ ਵੇਖੋ ਲੇਡੇ ਪਏ ਆ ਰੋਜ ਹੀ ਇਹੋ ਜਿਹੇ ਲੇਡੇ ਕਰਦੇ ਹੁੰਦੇ ਆ ਮਸੂਨੇ ਕਿਹਾ ਨਹੀਂ ਨਹੀਂ ਪਰਦਮਨ ਸਿੰਘ ਨੇ ਜੋਰ ਦੇ ਕੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਡੰਗਰ ਛੱਡੇ ਲੱਗਦੇ ਆ ਮੱਸੂ ਰੋਜਾਂ ਦੀਆਂ ਪੈੜਾਂ ਦੇ ਮਲਮੁੱਤਰ ਪਛਾਣਦਾ ਸੀ ਇਹ ਵੀ ਜਾਣਦਾ ਸੀ ਕਿ ਪੈੜਾਂ ਤੇ ਮਲਮੁੱਤਰ ਅੱਜ ਦੇ ਨਹੀਂ 3-4 ਦਿਨ ਪੁਰਾਣੇ ਸਨ ਪਰ ਪ੍ਰਦਮਨ ਸਿੰਘ ਦੀ ਗੱਲ ਰੱਦ ਨਾ ਕਰਨ ਦੀ ਆਪਣੀ ਪੁਰਾਣੀ ਆਦਤ ਵਾਸੋ ਚੁੱਪ ਵੱਟ ਗਿਆ ਜਨਾਬ ਆਪਣਾ ਕੰਮਾਂ ਵੀ ਕਿਤੇ ਨਹੀਂ ਦਿਸਦਾ ਮੱਸੂ ਨੇ ਕਿਹਾ ਸੁੰਨੀ ਖੇਤੀ ਉਹਨੇ ਗੱਲ ਅਧੂਰੀ ਛੱਡ ਦਿੱਤੀ ਪ੍ਰਦਮਨ ਸਿੰਘ ਨੇ ਟਿੱਬੇ ਵੱਲ ਨਜ਼ਰ ਮਾਰੀ ਉੱਥੇ ਕੁਝ ਡੰਗਰ ਫਿਰਦੇ ਨਜ਼ਰ ਆਏ ਉਹ ਫਿਰਦਾ ਫਸਲ ਉਜਾੜ ਕੇ ਪਰਦਮਨ ਸਿੰਘ ਨੇ ਕਿਹਾ ਤੇ ਘੋੜੀ ਉਸ ਪਾਸੇ ਵੱਲ ਤੋਰ ਲਈ ਇੱਕ 10-11 ਸਾਲ ਦਾ ਮੁੰਡਾ ਡੰਗਰਾਂ ਦੇ ਨਾਲ ਸੀ ਤਿੰਨ ਚਾਰ ਬੱਕਰੀਆਂ ਮਲੇ ਬੇਰੀਆਂ ਦੇ ਪੱਤੇ ਤੇ ਕੱਚੇ ਬੇਰ ਖੁੜਕ ਰਹੀਆਂ ਸਨ ਦੋ ਮੱਝਾਂ ਝਾੜੀਆਂ ਚ ਬਚਿਆ ਧਾਮਨ ਕਾ ਲੱਬ ਲੱਬ ਕੇ ਮੂੰਹ ਮਾਰ ਰਹੀਆਂ ਸਨ ਕਿਉਂ ਇਹ ਹਰਾਮਦਿਆ ਫਸਲ ਉਜਾੜ ਕੇ ਇੱਧਰ ਆ ਗਏ ਪਰਦਮਨ ਸਿੰਘ ਗਰਜਿਆ ਜੀ ਮੈਂ ਤਾਂ ਤੁਹਾਡੇ ਖੇਤ ਲਈ ਗਿਆ ਹੀ ਨਹੀਂ ਮੈਂ ਦੂਜੇ ਰਾਹ ਤੋਂ ਹੋ ਕੇ ਆਇਆ ਸੀ ਮੁੰਡੇ ਨੇ ਡਰਦੇ ਡਰਦੇ ਕਿਹਾ ਤੇ ਜਿੱਥੇ ਖੜਾ ਉਹ ਤੇ ਰਿਪਿਓ ਦਾ ਖੇਤ ਆ ਜੀ ਜੇ ਤੁਹਾਡਾ ਖੇਤ ਆ ਤਾਂ ਮੈਂ ਥੋ ਚਲਾ ਜਾਣਾ। ਇਸ ਹਰਾਮ ਦੇ ਜਣੇ ਨੂੰ ਇਹ ਵੀ ਨਹੀਂ ਪਤਾ ਵੀ ਕਿਹਦੀ ਧਰਤੀ ਤੇ ਖੜਾ ਹੈ। ਪ੍ਰਦਮਨ ਸਿੰਘ ਨੇ ਕਿਹਾ ਲਿਆ ਮਸੂ ਇਹਨੂੰ ਫੜ ਕੇ ਮੇਰੇ ਕੋਲ। ਮਸੂ ਨੇ ਬੋਲਣਾ ਸ਼ੁਰੂ ਕਰਤਾ ਜਨਾਬ ਇਹ ਮੋਧਨਾ ਕਾਲੀ ਦਾ ਮੁੰਡਾ ਕਾਲੀ ਮਜ਼ੂਰ ਮਜ਼ੂਰੀ ਕਰਦਾ ਹੁੰਦਾ ਹੈ। ਆਪਣੇ ਵੀ ਕਈ ਵਾਰ ਦਿਹਾੜੀ ਤੇ ਆਇਆ। ਕਾਲੀ ਦਾ ਟੱਬਰ ਫੰਡਰ ਮੱਝਾਂ ਅੱਧ ਤੇ ਲੈ ਕੇ ਪਾੜ ਲੈਂਦਾ ਹੈ। ਤੇ ਇਹ ਦੋਵੇਂ ਮੱਝਾਂ ਇਸੇ ਹਿਸਾਬ ਤੇ ਲੈ ਰੱਖੀਆਂ। ਮੋਦਨ ਇਹਨਾਂ ਨੂੰ ਖੇਤਾਂ 'ਚ ਫੇਰ ਲ ਜਾਂਦਾ ਤੇ ਕਾਲੀ ਦੀ ਘਰ ਵਾਲੀ ਖੇਤਾਂ 'ਚ ਖੋਤਰਾ ਖੋਤ ਲੈ ਆਉਂਦੀ ਆ ਤੇ ਤੁਰਦੀਆਂ ਫਿਰਦੀਆਂ ਸੰਵਰ ਜਾਣਗੀਆਂ ਬੱਚੇ ਦੇਣਗੀਆਂ ਤੇ ਇਹਨਾਂ ਦੀ ਕੀਮਤ ਪਾਈ ਜਾਏਗੀ ਅੱਧੀ ਕੀਮਤ ਦੇ ਕੇ ਮਾਲਕ ਲੈ ਲਏਗਾ ਜਨਾਬ ਇਸ ਤਰ੍ਹਾਂ ਕਰਦੇ ਨੇ ਵਿਚਾਰੇ ਮਸੂ ਦੇ ਨਾਂ ਸਾਰਾ ਬੋਲਣ ਦਾ ਮਤਲਬ ਸੀ ਵਿਚਾਰੇ ਬਹੁਤ ਗਰੀਬ ਨੇ ਇਹਨਾਂ ਤੇ ਤਰਸ ਕਰੋ ਪ੍ਰਦਮਨ ਸਿੰਘ ਨੇ ਉਹਨੂੰ ਟੋਕ ਕੇ ਕਿਹਾ ਮੈਂ ਤੈਨੂੰ ਇਹਨਾਂ ਦੇ ਗੁਜ਼ਾਰੇ ਬਾਬਤ ਨਹੀਂ ਪੁੱਛਿਆ ਮੈਨੂੰ ਫੜ ਕੇ ਲਿਆ ਨਾ ਚਾਹੁੰਦਾ ਹੋਇਆ ਵੀ ਮਸੂਮੋਦਨ ਨੂੰ ਇੱਕ ਬਾਹ ਤੋਂ ਫੜ ਕੇ ਪ੍ਰਦਮਨ ਸਿੰਘ ਦੇ ਨੇੜੇ ਲੈ ਗਿਆ। ਉਹਨੇ ਚਮੜੇ 'ਚ ਮੜੀ ਬੈੰਦ ਕੱਸ ਕੇ ਮੋਦਨ ਦੀ ਕੰਡ ਤੇ ਮਾਰੇ। ਚੀਕਾਂ ਦੇ ਨਾਲ ਮੋਦਨ ਦਾ ਪਿਸ਼ਾਬ ਵੀ ਨਿਕਲ ਗਿਆ। ਬੁਲਾਵੇਂ ਖਾਂਦਾ ਉਹ ਦੂਰ ਜਾ ਖੜਾ। ਡੰਗਰ ਇਕੱਠੇ ਕਰਕੇ ਪਿੰਡ ਵੱਲ ਹਿੱਕ ਲਏ। ਰਸਤੇ 'ਚ ਕੋਈ ਆਦਮੀ ਆਉਂਦਾ ਦੇਖ ਜਾਂਦਾ। ਪ੍ਰਦਮਨ ਸਿੰਘ ਉੱਚੀ ਆਵਾਜ਼ 'ਚ ਬੋਲਣਾ ਸ਼ੁਰੂ ਕਰ ਦਿੰਦਾ। ਮਰੇ ਸਮਝ ਲਿਆ ਨਾ ਲੋਕਾਂ ਨੇ ਸਾਨੂੰ। ਦਿਨ ਦਿਹਾੜੇ ਫਸਲਾਂ ਉਜਾੜਨ ਲੱਗ ਪਏ ਨੇ। ਵੇਖੋ ਅਸੀਂ ਜਿਉਂਦੇ ਆ ਹਾਲੇ। ਕਾਂਜੀ ਹਾਊਸ ਫਿਰ ਨਹੀਂ ਉੱਤੇ ਹੀ ਸੀ ਦਰਵਾਜ਼ਾ ਖੁਲਵਾਇਆ ਰਜਿਸਟਰ 'ਚ ਡੰਗਰਾਂ ਦਾ ਹੁਲੀਆ ਉਮਰ ਤੇ ਨਰਮਦੀਨ ਲਿਖੇ ਗਏ ਪ੍ਰਦਮਨ ਸਿੰਘ ਦੇ ਦਸਖਤ ਕਰਵਾ ਕੇ ਮੋਦਨ ਨੂੰ ਘਰ ਜਾਣ ਲਈ ਕਿਹਾ ਗਿਆ ਜਾਂ ਆਪਣੇ ਬਾਪੂ ਨੂੰ ਆਖ ਪੈਸੇ ਲੈ ਕੇ ਆਵੇ ਛੁਡਵਾ ਕੇ ਲੈ ਜਾਏ ਹੁਣ ਇਹ ਫਾਟਕ ਦਾ ਮਾਲ ਹੈ ਪੈਸਿਆਂ ਤੋਂ ਬਿਨਾਂ ਆਜ਼ਾਦ ਨਹੀਂ ਹੋਣੇ ਚਿਰ ਲਾਉਂਗੇ ਤਾਂ ਪੈਸੇ ਵੱਧ ਦੇਣੇ ਪੈਣਗੇ ਰੋਂਦਾ ਰੋਂਦਾ ਮੋਦਨ ਚਲਾ ਗਿਆ ਕਾਂਜੀ ਹਾਊਸ ਦਾ ਫਾਟਕ ਬੰਦ ਹੋ ਗਿਆ ਘਰ ਪੁੱਜ ਕੇ ਪ੍ਰਦਮਨ ਸਿੰਘ ਨੇ ਮਸੂ ਨੂੰ ਵੱਡਾ ਦਰਵਾਜ਼ਾ ਬੰਦ ਕਰਨ ਵਾਸਤੇ ਕਿਹਾ ਤੇ ਆਪ ਚੁਬਾਰੇ ਚ ਜਾ ਲੇਟਿਆ ਮੋਦਨ ਆਪਣੇ ਬਾਪੂ ਤੇ ਮਾਂ ਨੂੰ ਲੈ ਕੇ ਪ੍ਰਦਮਨ ਸਿੰਘ ਦੇ ਘਰ ਪੁੱਜਾ ਬਹੁਤ ਤਰਲੇ ਮਿੰਤਾ ਕਰਨ ਤੇ ਵੀ ਉਹਨਾਂ ਦਰਵਾਜ਼ਾ ਨਾ ਖੋਲ੍ਹਿਆ ਫਿਰ ਉਹ ਕਾਂਜੀ ਹਾਊਸ ਦੇ ਠੇਕੇਦਾਰ ਕੋਲ ਗਏ ਉਹਨੇ ਦੱਸਿਆ ਮਿੰਤਾ ਕਰਨ ਦੀ ਲੋੜ ਨਹੀਂ ਹੁਣ ਇਹ ਡੰਗਰ ਉਹਨਾਂ ਨੂੰ ਜੁਰਮਾਨਾ ਭਰਨ ਤੋਂ ਬਿਨਾਂ ਨਹੀਂ ਮਿਲ ਸਕਦੇ ਰਜਿਸਟਰ ਚ ਦਰਜ ਹੋ ਚੁੱਕੇ ਐ ਛੇਤੀ ਕਰਨਗੇ ਤੇ ਪੈਸੇ ਕੱਟ ਦੇਣੇ ਪੈਣਗੇ ਫਾਟਕ ਵਿੱਚ ਕਿਆਦ ਇੱਕ ਬੱਕਰੀ ਦਾ ਮੋਦਨ ਦੇ ਬਾਪੂ ਨੇ ਸੌਦਾ ਕਰਕੇ ਪੈਸੇ ਦਾ ਪ੍ਰਬੰਧ ਕੀਤਾ ਡੰਗਰ ਛਡਵਾ ਕੇ ਲੈ ਗਿਆ ਇਕਬਾਲ 10-12 ਸਾਲਾਂ ਦਾ ਮੁੰਡਾ ਮੋਦਨ ਦੇ ਨਾਲ ਸਕੂਲੋਂ ਛੁੱਟੀ ਵਾਲੇ ਦਿਨ ਮੱਝਾਂ ਚਾਰਨ ਜਾਇਆ ਕਰਦਾ ਸੀ ਫਰਕ ਇਹ ਨਾ ਸੀ ਕਿ ਇਕਬਾਲ ਆਪਣੀਆਂ ਮੱਝਾਂ ਲੈ ਕੇ ਜਾਂਦਾ ਉਹ ਇਕੱਠੇ ਬੇਰ ਤੇ ਸ਼ਤੂਤ ਖਾਂਦੇ ਬਾਜਰੇ ਦੇ ਦੁੱਧ ਦੇ ਸਿੱਟੇ ਤਲੀਆਂ ਉੱਤੇ ਮਸਲ ਕੇ ਦਾਣੇ ਘੜਦੇ ਵਿੱਚ ਸ਼ੱਕਰ ਮਿਲਾ ਕੇ ਖਾਂਦੇ ਨਹਿਰ ਚ ਰੁੱਖਾਂ ਤੋਂ ਛਾਲਾ ਮਾਰ ਕੇ ਨਹਾਉਂਦੇ ਗੀਤ ਗਾਉਂਦੇ ਮਸਤੀ ਕਰਦੇ ਹੋ ਦੋਸਤ ਬਣ ਗਏ ਉਹਨਾਂ ਦੀ ਦੋਸਤੀ ਨੂੰ ਇਕਬਾਲ ਦੇ ਘਰ ਵਾਲਿਆਂ ਵੀ ਮੰਨਤਾ ਦੇ ਦਿੱਤੀ। ਮੋਦਨ ਕਦੀ ਉਹਨਾਂ ਦੇ ਘਰ ਆਉਂਦਾ ਤਾਂ ਇਕਬਾਲ ਦੀ ਮਾਂ ਉਹਦੇ ਨਾਲ ਮੋਦਨ ਨੂੰ ਵੀ ਰੋਟੀ ਉੱਤੇ ਗੁੜ ਰੱਖ ਕੇ ਦਿੰਦੀ। ਇਕਬਾਲ ਨੂੰ ਬਹੁਤ ਚੰਗਾ ਲੱਗਦਾ। ਐਤਵਾਰ ਵਾਲੇ ਦਿਨ ਇਕਬਾਲ ਨੂੰ ਮੋਦਨ ਨਾਲ ਹੋਈ ਘਟਨਾ ਦਾ ਪਤਾ ਲੱਗਿਆ। ਇਕਬਾਲ ਨੇ ਉਹਦਾ ਝੱਗਾ ਚੱਕ ਕੇ ਵੇਖਿਆ ਕੰਡ ਉੱਤੇ ਕੁਬਰੀ ਹੋਈ ਲਾਸ ਸੀ ਜਿਹਦਾ ਰੰਗ ਨੀਲਾ ਪੈ ਚੁੱਕਿਆ ਸੀ। ਬਹੁਤ ਜ਼ੋਰ ਨਾਲ ਮਾਰਿਆ ਕੁੱਤੇ ਦੇ ਵੱਡੇ ਨੇ। ਇਕਬਾਲ ਨੇ ਪ੍ਰਦਮਨ ਸਿੰਘ ਵਾਸਤੇ ਗਿਆ। ਮੋਦਨ ਦੀਆਂ ਅੱਖਾਂ 'ਚ ਅੰਜੂ ਆ ਗਏ ਇਕਬਾਲ ਕੁਛ ਦਿਨ ਚ ਚੁੱਪਚਾਪ ਸੋਚਦਾ ਰਿਹਾ ਫਿਰ ਬੋਲਿਆ ਮੈਂ ਥੋੜਾ ਵੱਡਾ ਹੁੰਦਾ ਨਾ ਜਾ ਕੇ ਉਹਦੀ ਗਿੱਚੀ ਮਰੋੜ ਦਿੰਦਾ ਵੱਡੇ ਜੈਲਦਾਰ ਦੀ ਥੋੜੇ ਚਿਰ ਪਿਛੋਕੀ ਵੇਖਦੇ ਆ ਕਿ ਪ੍ਰਦਮਨ ਸਿੰਘ ਘੋੜੀ ਤੇ ਚੜਿਆ ਆ ਰਿਹਾ ਹੈ ਹਮੇਸ਼ਾ ਵਾਂਗ ਮਸੂਦ ਇੱਕ ਮੁੱਢੇ ਤੇ ਬੰਦੂਕ ਦੂਜੇ ਤੇ ਕਾਰਤੂਸਾਂ ਦੀ ਪੇਟੀ ਉਹਨਾਂ ਦੇ ਡੰਗਰ ਰਾਤ ਤੇ ਜਵਾਰ ਦੇ ਬਾਢੇ ਚ ਫਿਰਦੇ ਸੀ ਮੋਦਨ ਨੂੰ ਡੰਗਰਾਂ ਦਾ ਧਿਆਨ ਰੱਖਣ ਵਾਸਤੇ ਆ ਕੇ ਇਕਬਾਲ ਆਪ ਰਸਤੇ ਉੱਤੇ ਖੜੀ ਟਾਲੀ ਦੇ ਮੁੱਢ ਚੜ ਕੇ ਬੈਠ ਗਿਆ ਮਸੂ ਤੇ ਪ੍ਰਦਮਨ ਸਿੰਘ ਨੇੜੇ ਆਉਂਦੇ ਜਾ ਰਹੇ ਸੀ ਇਕਬਾਲ ਨੂੰ ਇੱਕ ਫੁਰਨਾਪੁਰਿਆ ਉਹਨੇ ਗੰਦੇ ਅਸ਼ਲੀਲ ਗੀਤ ਗਾਉਣੇ ਸ਼ੁਰੂ ਕਰਤੇ ਉਸ ਤਰ੍ਹਾਂ ਦੇ ਗੀਤ ਜਿਸ ਤਰ੍ਹਾਂ ਦੇ ਪਾਲੀ ਮੁੰਡੇ ਕਿਸੇ ਔਰਤ ਜਾਂ ਵੱਡੇ ਬੰਦੇ ਸਾਹਮਣੇ ਨਹੀਂ ਗਾਉਂਦੇ ਜਿਵੇਂ ਜਿਵੇਂ ਪ੍ਰਦਮਨ ਸਿੰਘ ਨੇੜੇ ਆਉਂਦਾ ਗਿਆ ਇਕਬਾਲ ਦੀ ਆਵਾਜ਼ ਹੋਰ ਉੱਚੀ ਹੁੰਦੀ ਗਈ ਨੇ ਡਰ ਬੇਇਜ਼ ਨਿਰਲਜ ਉਹਦੇ ਬਰਾਬਰ ਆ ਕੇ ਪ੍ਰਦਮਨ ਸਿੰਘ ਨੇ ਘੋੜੀ ਰੋਕ ਲਈ ਇਹ ਕਿਹਦਾ ਮੁੰਡਾ ਹੈ ਪ੍ਰਦਮਨ ਸਿੰਘ ਨੇ ਮਸੂ ਨੂੰ ਪੁੱਛਿਆ ਸਰਦਾਰ ਬਹਾਦਰ ਮੋਹਨ ਸਿੰਘ ਦਾ ਮਸੂ ਤੋਂ ਪਹਿਲਾਂ ਇਕਬਾਲ ਬੋਲਿਆ ਇਕਬਾਲ ਨੇ ਕਦੇ ਵੀ ਆਪਣੇ ਬਾਪ ਦੇ ਨਾਮ ਨਾਲ ਸਰਦਾਰ ਪਹਾਦਰ ਨਹੀਂ ਸੀ ਜੋੜਿਆ ਕਦੇ ਸਿਰਫ ਸਰਦਾਰ ਵੀ ਨਹੀਂ ਸੀ ਜੋੜਿਆ ਜੇਹੀ ਸਵਾਲ ਕੋਈ ਆਮ ਪੁੱਛਦਾ ਤਾਂ ਉਹਨੇ ਕਹਿਣਾ ਸੀ ਮੋਹਨ ਸਿੰਘ ਦਾ ਕੋਈ ਮੋਨੇ ਦਾ ਪ੍ਰਦਮਨ ਸਿੰਘ ਨੇ ਕਿਹਾ ਸਰਦਾਰ ਮੋਹਨ ਸਿੰਘ ਦਾ ਇਕਬਾਲ ਬੋਲਿਆ ਤੂੰ ਬੜੇ ਗੰਦੇ ਗੀਤ ਗਾਉਣਾ ਇਹੋ ਜਿਹੀ ਆਉਂਦੇ ਆ ਮੈਨੂੰ ਚੰਗੇ ਨਹੀਂ ਆਉਂਦੇ ਤਾਂ ਚੁੱਪ ਰਿਆ ਕਰ ਕਿਉਂ ਬੋਲਣ ਦੇ ਕੋਈ ਪੈਸੇ ਖਰਚ ਹੁੰਦੇ ਆ ਤੂੰ ਬੜਾ ਬਦਤਮੀਜ਼ ਹੈ ਕਿਉਂ ਤੇਰਾ ਘਰ ਭੰਨ ਲਿਆ ਮੈਂ ਲਿਆ ਮਸੂ ਬੰਦੂ ਫੜਾ ਮੈਨੂੰ ਮਾਰਾਂ ਗੋਲੀ ਇਹਦੇ ਫੜਾ ਦੇ ਮਸੂ ਫੜਾ ਦੇ ਇਕਬਾਲ ਬੋਲੇ ਮਸੂ ਨੇ ਘੋੜੀ ਦੀ ਬਾਗ ਫੜ ਲਈ ਚਲੋ ਰਾਜਾ ਸਾਹਿਬ ਚਲੋ ਇਹ ਬੱਚਾ ਹੈ ਮੂਰਖ ਹੈ ਆਪਾਂ ਚੰਗੇ ਨਹੀਂ ਲੱਗਦੇ ਇਹਦੇ ਨਾਲ ਬਹਿਸ ਦੇ ਇਹਦੇ ਪਿਓ ਨਾਲ ਗੱਲ ਕਰਾਂਗੇ ਮਸੂ ਘੋੜੀ ਤੋਰ ਕੇ ਲੈ ਗਿਆ ਇਕਬਾਲ ਨੇ ਫੇਰ ਗਾਉਣਾ ਸ਼ੁਰੂ ਕਰ ਦਿੱਤਾ ਉਹੀ ਲੁੱਚੇ ਗੀਤ ਉਹ ਦੂਰ ਹੁੰਦੇ ਗਏ ਇਕਬਾਲ ਦੀ ਆਵਾਜ਼ ਉੱਚੀ ਹੁੰਦੀ ਗਈ ਉਦੋਂ ਚੁੱਪ ਕੀਤਾ ਜਦੋਂ ਨਜ਼ਰਾਂ ਤੋਂ ਓਲੇ ਹੋ ਗਏ ਹੈਂਡ ਪੁੱਜ ਕੇ ਪੰਜ ਸੱਤ ਬੰਦਿਆਂ ਚ ਮੋਹਨ ਸਿੰਘ ਪ੍ਰਦਮਨ ਸਿੰਘ ਨੂੰ ਵਿਖਾਈ ਦੇ ਗਿਆ ਮੋਹਨ ਸਿੰਘ ਆਪਣੇ ਛੋਟੇ ਮੁੰਡੇ ਨੂੰ ਸਮਝਾ ਲੈ ਪ੍ਰਦਮਨ ਸਿੰਘ ਨੇ ਪੂਰੇ ਗੁੱਸੇ ਨਾਲ ਕਿ ਕਿ ਬੇਸਮਝੀ ਕਰਤੀ ਉਹਨੇ ਜੇਲ੍ਹ ਦਾਰਾ ਮੋਹਨ ਸਿੰਘ ਨੇ ਸਹਿਜ ਨਾਲ ਪੁੱਛਿਆ ਮੈਨੂੰ ਵੇਖ ਕੇ ਲੋਚੇ ਗੀਤ ਗਾਉਂਦਾ ਸੀ ਗੰਦੇ ਨਾ ਸੁਣੇ ਜਾਣ ਵਾਲੇ ਮਸੂ ਬੋਲਿਆ ਜੇ ਚੁੱਪ ਰਹਿਣ ਨੂੰ ਕਿਹਾ ਤਾਂ 100 100 ਬਕਵਾਸ ਕਰਨ ਲੱਗ ਪਿਆ ਪ੍ਰਦਮਨ ਸਿੰਘ ਫੇਰ ਬੋਲੇ ਤੁਸੀਂ ਅਣ ਸੁਣੇ ਕਰਕੇ ਲੰਘ ਆਉਣਾ ਸੀ ਪਾਲੀ ਮੁੰਡੇ ਇਹੋ ਜੀ ਬਕਵਾਸ ਕਰਦੇ ਹੀ ਰਹਿੰਦੇ ਆ ਮੋਹਨ ਸਿੰਘ ਨੇ ਕਿਹਾ ਉਹ ਬੜਾ ਕਾਮਨਿਸਟ ਬਣਦਾ ਪਰ ਦਮਨ ਸਿੰਘ ਗਰਜਿਆ ਉਹ ਮੈਨੂੰ ਛੇੜਨ ਵਾਸਤੇ ਗਾਉਂਦਾ ਸੀ ਮੈਂ ਜਾਣਦਾ ਮੈਨੂੰ ਛੇੜਦਾ ਸੀ ਉਹ ਤੈਨੂੰ ਛੇੜਦਾ ਸੀ ਇੱਕ ਸਦਾ ਵਰਤੀ ਆਵਾਜ਼ ਆਈ ਜੈਲਦਾਰਾ ਜੇ ਕੋਈ ਕੁੜੀ-ਬੁੜੀ ਆਖੇ ਛੇੜਦਾ ਸੀ ਤਾਂ ਗੱਲ ਸਮਝ ਚ ਆਉਂਦੀ ਹੈ ਤੈਨੂੰ 70 ਸਾਲਾਂ ਦੇ ਨੂੰ ਕੋਈ ਕੀ ਛੇੜੂਗਾ ਲੋਕ ਹੱਸਣ ਲੱਗੇ ਦੁਕਾਨ ਚੋਂ ਦੁਕਾਨਦਾਰ ਬਾਹਰ ਨਿਕਲ ਆਏ ਰਾਹ ਜਾਂਦੇ ਬੰਦੇ ਰੁਕ ਗਏ ਕੋਈ ਬੋਲ ਪੈਂਦਾ ਛੇੜਦਾ ਸੀ ਲੋਕ ਫਿਰ ਹੱਸਣ ਲੱਗਦੇ ਛਿੱਥਾ ਪੈ ਕੇ ਪਰਦਮਨ ਸਿੰਘ ਬੋਲਿਆ ਵੇਖ ਲਾਂਗਾ ਸਭ ਨੂੰ ਚਲੋ ਰਾਜਾ ਸਾਹਿਬ ਚਲੋ ਮਸੂਨੇ ਕੋੜੀ ਦੀ ਬਾਗ ਫੜ ਕੇ ਤੋਰ ਲਈ ਇਹਨਾਂ ਨਾਲ ਗੱਲ ਕਰਨ ਚ ਨੱਬਿਆਂ ਦਾ ਘਟ ਹੈ ਸਾਰਾ ਆਵਾਯੂਤ ਹੈ ਫੇਰ ਸਦਾ ਵਰਤੀ ਆਵਾਜ਼ ਆਈ ਜਨ ਲੁੱਚੀ ਸੁਥਰਾ ਭਲਾ ਮਾਨਸ ਲੋਕ ਫੇਰ ਹੱਸ ਪਏ ਪਰਦਮਨ ਸਿੰਘ ਚਲਾ ਗਿਆ ਲੋਕ ਹੱਸਦੇ ਰਹੇ ਤੇ ਉਹਦੇ ਬਾਰੇ ਗੱਲਾਂ ਕਰਦੇ ਰਹੇ ਜੇਲਦਾਰ ਦਾ ਦਿਮਾਗ ਹਿੱਲ ਗਿਆ ਲੱਗਦਾ ਇਕੱਲਾ ਬੰਦਾ ਹੂਈ ਬੋਰਾ ਹੋ ਜਾਂਦਾ ਕੰਧਾਂ ਨੂੰ ਵੇਖ ਵੇਖ ਕੇ ਅਗਲੀ ਸਵੇਰ ਇਕਬਾਲ ਸਕੂਲ ਜਾ ਰਿਹਾ ਸੀ ਉਹਨੂੰ ਛੱਤ ਤੇ ਖੜ੍ਹਾ ਪ੍ਰਦਮਨ ਸਿੰਘ ਵਿਖਾਈ ਦੇ ਗਿਆ ਉਹ ਸ਼ੁਰੂ ਹੋ ਗਿਆ ਖੰਭ ਵਿੱਕ ਦੇ ਹੁਣ ਬਾਜ਼ਾਰੀ ਗੁਰਾਂ ਨੂੰ ਮੈਂ ਉੱਡ ਕੇ ਮਿਲਾ ਸੰਗ ਤੇ ਪ੍ਰਦਮਨ ਸਿੰਘ ਇੰਨੀ ਦੂਰ ਖੜ੍ਹਾ ਕੀ ਕਰ ਸਕਦਾ ਸੀ ਸਿਰਫ ਵਿਸ ਖੋਲ ਸਕਦਾ ਸੀ ਉਹਨੇ ਇੱਕ ਪਾਸੇ ਥੁੱਕਿਆ ਤੇ ਇਕਬਾਲ ਨੂੰ ਥੱਪੜ ਵਿਖਾਇਆ ਇਕਬਾਲ ਨੇ ਆਵਾਜ਼ ਹੋਰ ਉੱਚੀ ਕਰਤੀ ਗਲੀ ਚੋਂ ਲੰਘਣ ਵਾਲਿਆਂ ਨੇ ਸਵੇਰੇ ਸਵੇਰੇ ਗੁਰਾਂ ਦਾ ਨਾਮ ਲੈਣ ਵਾਸਤੇ ਇਕਬਾਲ ਨੂੰ ਸ਼ਾਬਾਸ਼ ਦਿੱਤੀ ਲੰਘਦਾ ਟੱਪਦਾ ਜਦ ਵੀ ਪ੍ਰਦਮਨ ਸਿੰਘ ਵਿਖਾਈ ਦੇ ਜਾਂਦਾ ਇਕਬਾਲ ਸਿੰਘ ਸ਼ੁਰੂ ਹੋ ਜਾਂਦਾ ਰੱਬ ਮਿਲਦਾ ਮਿਲਦਾ ਗਰੀਬੀ ਦਾਵੇ ਦੁਨੀਆ ਮਾਨ ਕਰਦੀ ਸੰਗਤੇ ਸੰਗਤੇ ਇਕਬਾਲ ਦੇ ਸਕੂਲ ਜਾਣ ਸਮੇਂ ਉਹ ਛੱਤ ਉੱਤੇ ਨਾ ਜਾਂਦਾ ਇਕਬਾਲ ਦੇ ਸਕੂਲ ਤੋਂ ਪਰਤਣ ਸਮੇਂ ਉਹ ਵੇੜੇ 'ਚ ਨਾ ਬੈਠਦਾ ਜੇ ਬੈਠਦਾ ਤਾਂ ਦਰਵਾਜ਼ਾ ਬੰਦ ਕਰਕੇ ਬੈਠਦਾ ਪ੍ਰਦਮਨ ਸਿੰਘ ਇਕਬਾਲ ਸਿੰਘ ਤੋਂ ਲੁਕਣ ਲੱਗ ਪਿਆ ਕਈ ਦਿਨਾਂ ਪਿਛੋਂ ਪ੍ਰਦਮਨ ਸਿੰਘ ਘੋੜੀ ਤੇ ਸਵਾਰ ਖੇਤਾਂ ਵੱਲੋਂ ਆ ਰਿਹਾ ਸੀ ਮਸੂ ਹਮੇਸ਼ਾ ਵਾਂਗ ਉਹਦੇ ਨਾਲ ਇਕਬਾਲ ਮੁੰਡਿਆਂ ਨਾਲ ਪੇੜਾਂ ਵਿੱਚ ਗੁੱਲੀ ਡੰਡਾ ਖੇਡ ਰਿਹਾ ਸੀ ਜਦੋਂ ਕੋਲੋਂ ਲੰਘਣ ਲੱਗਿਆ ਇਕਬਾਲ ਨੇ ਉਸ ਵੱਲ ਵੇਖ ਕੇ ਕੇਵਲ ਬੁੱਲ ਹਿਲਾਏ ਆਵਾਜ਼ ਕੋਈ ਨਾ ਕੱਢੀ ਪਰਦਮਨ ਸਿੰਘ ਛਿੜ ਕੇ ਬੁੜਬੁੜ ਕਰਨ ਲੱਗਾ ਮੇਰੇ ਹੱਥੋਂ ਮੌਤ ਹੈ ਇਹਦੀ ਹਰਾਮਜ਼ਾਦਾ ਕੁੱਤੀ ਦਾ ਚਲੋ ਰਾਜਾ ਸਾਹਿਬ ਚਲੋ ਮਸੂ ਨੇ ਕਿਹਾ ਉਹਨੇ ਇਕਬਾਲ ਦੇ ਬੁੱਲ ਹਿਲਦੇ ਨਹੀਂ ਸੀ ਵੇਖੇ ਅੱਗੋਂ ਤਿੰਨ ਚਾਰ ਬੰਦਿਆਂ ਨਾਲ ਮੋਹਨ ਸਿੰਘ ਇਕਬਾਲ ਦਾ ਬਾਪੂ ਆ ਰਿਹਾ ਸੀ ਉਹਨੂੰ ਵੇਖ ਕੇ ਪ੍ਰਦਮਨ ਸਿੰਘ ਨੇ ਆਵਾਜ਼ ਉੱਚੀ ਕਰ ਦਿੱਤੀ ਹਾਲੇ ਮਰੇ ਨਹੀਂ ਅਸੀਂ ਇਹਨਾਂ ਲੱਲੂ ਪੰਜੂਆਂ ਜੋਗੇ ਹੈਗੇ ਆ ਅਸੀਂ ਪਤਾ ਨਹੀਂ ਕੀ ਸਮਝਦੇ ਆ ਸਾਨੂੰ ਕੀ ਹੋ ਗਿਆ ਜੈਲਦਾਰ ਮੋਹਨ ਸਿੰਘ ਨੇ ਪੁੱਛਿਆ ਔਰ ਤੇਰਾ ਚਿੱਚੜ ਮੈਨੂੰ ਗਾਲਾਂ ਕੱਢਦਾ ਪਰਦਮਨ ਸਿੰਘ ਨੇ ਕਿਹਾ ਵਰਜ ਲੈ ਉਹਨੂੰ ਜੇ ਵਰਜਿੰਦਾ ਤਾਂ ਨਹੀਂ ਬੁਰੀ ਕਰਾਂਗੇ ਅਸੀਂ ਇਹਨੇ ਕੋਈ ਕਮੀਨ ਕਾਂਦੂ ਸਮਝ ਰੱਖਿਆ ਸਾਨੂੰ ਅੰਗਰੇਜ਼ ਆਪਣੇ ਬਰਾਬਰ ਕੁਰਸੀ ਦਿੰਦੇ ਸੀ ਬੈਠਣ ਵਾਸਤੇ ਜੋ ਗੱਲ ਪ੍ਰਦਮਨ ਸਿੰਘ ਤੋਂ ਨਾ ਆਖੀ ਗਈ ਉਹ ਮਸੂ ਨੇ ਆਖ ਦਿੱਤੀ ਆਪਣੇ ਬੰਦਿਆਂ ਨੂੰ ਕੁਰਸੀ ਮੰਜਾ ਦਿੰਦੇ ਹੀ ਐ ਲੋਕ ਇੱਕ ਸਦਾ ਵਰਤੀ ਆਵਾਜ਼ ਆਈ ਤੇਰਾ ਮਤਲਬ ਹੈ ਅਸੀਂ ਅੰਗਰੇਜ਼ਾਂ ਦੇ ਬੰਦੇ ਸੀ ਟੋਡੀ ਸਾ ਸੀ ਪਰਦਮਨ ਸਿੰਘ ਨੇ ਖਿੱਚ ਕੇ ਕਿਹਾ ਹੋਰ ਕੀ ਰਿਸ਼ਤੇਦਾਰੀ ਸੀ ਉਹਨਾਂ ਨਾਲ ਆਪਣੀ ਉਹੀ ਆਵਾਜ਼ ਆਈ ਮੋਨ ਸਿੰਘ ਨੂੰ ਆਪਣੇ ਪੁੱਤਰ ਦੀ ਹਰਕਤ ਉਤੇ ਗੁੱਸਾ ਆਉਣ ਲੱਗ ਪਿਆ ਅੱਜ ਬਾਹਰ ਲਿਆਂ ਨੂੰ ਇਸ ਤਰ੍ਹਾਂ ਬੋਲਦਾ ਕੱਲ ਨੂੰ ਘਰਦਿਆਂ ਨੂੰ ਵੀ ਬੋਲੇਗਾ ਚੱਲ ਮੇਰੇ ਨਾਲ ਮੋਨ ਸਿੰਘ ਬੋਲੇ ਲੈਂਦਾ ਉਹਦੀ ਖਬਰ ਤੇਰੇ ਸਾਹਮਣੇ ਪਰਦਮਨ ਸਿੰਘ ਨੇ ਘੋੜੀ ਮੋੜ ਲਈ ਇਨਨੂੰ 5-7 ਹੋਰ ਤਮਾਸ਼ੀਨ ਜੁੜ ਗਏ। ਇਹ ਸਾਰਾ ਕਾਫਲਾ ਉਸੇ ਪਾਸੇ ਤੁਰ ਗਿਆ ਜਿੱਥੇ ਮੁੰਡੇ ਗੁੱਲੀ ਡੰਡਾ ਖੇਡ ਰਹੇ ਸਨ। "ਇੱਧਰ ਆਓ" ਮੋਹਨ ਸਿੰਘ ਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ। ਇਕਬਾਲ ਦੇ ਨਾਲ ਬਾਕੀ ਮੁੰਡੇ ਵੀ ਆ ਗਏ। ਇਕਬਾਲ ਪਿਓ ਦੇ ਅੱਗੇ ਸਵਾਲੀਆ ਨਿਸ਼ਾਨ ਵਾਂਗ ਖੜਾ ਹੋ ਗਿਆ। ਤੂੰ ਜ਼ੈਲਦਾਰ ਨੂੰ ਗਾਲ੍ਹ ਦਿੱਤੀ ਸੀ। ਇਕਬਾਲ ਤੋਂ ਪਹਿਲਾਂ ਬਾਕੀ ਮੁੰਡੇ ਬੋਲ ਪਏ, "ਨਹੀਂ ਚਾਚਾ ਇਹ ਤਾਂ ਬੋਲਿਆ ਹੀ ਨਹੀਂ। ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕਦੋਂ ਨਿਕਲ ਗਿਆ ਇੱਥੋਂ।" ਤੂੰ ਮੈਨੂੰ ਵੇਖ ਕੇ ਬੋਲ ਨਹੀਂ ਹਲਾਏ ਪ੍ਰਦਮਨ ਸਿੰਘ ਨੇ ਚੀਕ ਕੇ ਕਿਹਾ ਬੁੱਲ ਹਿਲਦੇ ਵੇਖ ਕੇ ਦਿਲ ਦੀ ਗੱਲ ਸਮਝ ਲਈ ਸਦਾ ਵਰਤੀ ਆਵਾਜ਼ ਆਈ ਤੂੰ 10 ਬੁੱਲ ਹਲਾਏ ਸੀ ਕਿ ਨਹੀਂ ਮੋਹਨ ਸਿੰਘ ਨੇ ਪੁੱਛਿਆ ਮੈਂ ਆਪਣਾ ਦਿਲ ਆਪਣੇ ਦਿਲ 'ਚ ਰੱਬ ਰੱਬ ਕਰਦਾ ਸੀ ਰੱਬ ਮੇਰਾ ਨਿਸ਼ਾਨਾ ਲੱਗ ਜਾਏ ਰੱਬਾ ਮੇਰਾ ਨਿਸ਼ਾਨਾ ਲੱਗ ਜਾਏ ਇਕਬਾਲ ਨੇ ਕਿਹਾ ਬਾਕੀ ਮੁੰਡੇ ਫੇਰ ਬੋਲ ਪਏ ਚਾਚਾ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਆਖਿਆ ਇਹ ਸਭ ਝੂਠ ਬੋਲਦੇ ਆ ਇਹ ਮੈਨੂੰ ਤੰਗ ਕਰਨ ਵਾਸਤੇ ਬੁੱਲ ਹਲਾਉਂਦਾ ਸੀ ਸਭ ਕੁਝ ਸਮਝ ਕੇ ਸੌਣ ਕੇ ਮੋਨ ਸਿੰਘ ਗੰਭੀਰ ਹੋ ਗਿਆ ਜੇਲਦਾਰ ਕੁਝ ਸੋਚ ਕੇ ਬੋਲਿਆ ਕਰ ਮੋਨ ਸਿੰਘ ਨੇ ਕਿ ਐਵੇਂ ਖਾਮ ਖਾਬ ਬੱਚੇ ਨੂੰ ਕਟਵਾ ਦੇਣਾ ਸੀ ਤੇ ਘੋੜੇ ਦੀ ਬਾਗ ਫੜ ਕੇ ਮਸੂਪਰ ਦਮਨ ਸਿੰਘ ਨੂੰ ਘਰ ਲੈ ਗਿਆ ਮੈਂ ਪਿੰਡ ਛੱਡ ਕੇ ਦਿੱਲੀ ਚਲਾ ਗਿਆ ਪਤਾ ਨਹੀਂ ਇਕਬਾਲ ਦਾ ਇਸ ਤਰ੍ਹਾਂ ਰੋਸ ਪ੍ਰਗਟ ਕਰਨਾ ਕਿੰਨੀ ਦੇਰ ਚੱਲਦਾ ਰਿਹਾ ਹੁਣ ਬਹੁਤ ਸਾਲਾਂ ਬਾਅਦ ਪਿੰਡ ਪਰਤਿਆ ਹਾਂ ਪਿੰਡ 'ਚ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਸਨ ਪਿੰਡ 'ਚ ਬੜਾ ਜੋਸ਼ ਸੀ ਦੋ ਭਰਾ ਹਨ ਕਰਮ ਸਿੰਘ ਤੇ ਧਰਮ ਸਿੰਘ ਦੋਹਾਂ ਦੀਆਂ ਨੂਹਾਂ ਵਿੱਚਕਾਰ ਸਰਪੰਚ ਦੀ ਕੁਰਸੀ ਵਾਸਤੇ ਸਿੱਧਾ ਮੁਕਾਬਲਾ ਸੀ ਜਿੱਥੇ ਚਾਰ ਬੰਦੇ ਜੁੜਦੇ ਕੋਈ ਕਹਿੰਦਾ ਧਰਮਾ ਜਿੱਤੇਗਾ ਕੋਈ ਕਹਿੰਦਾ ਕਰਮਾ ਜਿੱਤੇਗਾ ਉਹ ਪੈਸਾ ਪਾਣੀ ਵਾਂਗ ਵਹਾ ਰਿਹਾ ਕੋਈ ਹੋਰ ਕਹਿੰਦਾ ਨਹੀਂ ਧਰਮਾ ਜਿੱਤੇਗਾ ਕਿਉਂਕਿ ਇਕਬਾਲ ਉਹਦੇ ਵੱਲ ਹੈ ਧਰਮਾ ਤੇ ਕਰਮਾ ਦਾ ਚੋਣ ਲੜ ਹੀ ਨਹੀਂ ਰਹੇ ਮੈਂ ਕਿਸੇ ਹੋਰ ਤੋਂ ਪੁੱਛਿਆ ਮੈਨੂੰ ਦੱਸਿਆ ਗਿਆ ਟੱਕਰ ਤਾਂ ਧਰਮੇ ਕਰਮੇ ਚ ਹੈਗੀ ਜਿਹਦੀ ਨੂਹ ਜਿੱਤੇਗੀ ਉਹੀ ਸਰਪੰਚੀ ਕਰੇਗਾ ਨੂਹਾਂ ਵਿਚਾਰੀਆਂ ਨੇ ਤਾਂ ਉਹੀ ਬੱਚੇ ਸੰਭਾਲਨੇ ਤੇ ਰੋਟੀਆਂ ਥੱਪਣੀਆਂ ਨੇ ਮੈਂ ਜਿੱਥੇ ਵੀ ਜਾਂਦਾ ਬਾਰ-ਬਾਰ ਇੱਕ ਨਾਂ ਸੁਣਨ ਵਾਸਤੇ ਮਿਲਦਾ ਇਕਬਾਲ ਇਕਬਾਲ ਨੇ ਫਲੰਗ ਫਲੰਗ ਕਰਦੀਆਂ ਵੋਟਾਂ ਧਰਮੇ ਦੇ ਹੱਕ ਚ ਖਰੀਦ ਲਈਆਂ ਨੇ ਇਕਬਾਲ ਨੇ ਫਲਾਮ ਫਲਾ ਨੂੰ ਫਲਾਮ ਫਲਾ ਨੂੰ ਧਰਮੇ ਦੇ ਹੱਕ ਚ ਕਰ ਲਿਆ ਜਿਵੇਂ ਜਿਵੇਂ ਦਿਨ ਕਰੀਬ ਆ ਰਹੇ ਸੀ ਨਵੇਂ ਜੋੜ ਤੋੜ ਹੋ ਰਹੇ ਸੀ ਵੋਟਾਂ ਦੀ ਕੀਮਤ ਵਧ ਰਹੀ ਸੀ ਤੇ ਬਾਰ-ਬਾਰ ਇਕਬਾਲ ਦਾ ਨਾਮ ਲਿਆ ਜਾਂਦਾ ਸੀ ਇਕਬਾਲ ਕੌਣ ਐ ਮੈਂ ਪੁੱਛਿਆ ਉਹ ਮੋਹਨ ਸਿੰਘ ਦਾ ਪੁੱਤਰ ਮੈਨੂੰ ਦੱਸਿਆ ਗਿਆ ਮੈਂ ਸੋਚਿਆ ਕਿ ਤੇ ਉਹੀ ਇਕਬਾਲ ਤਾਂ ਨਹੀਂ ਜੋ ਰੋਸ ਵਜੋਂ ਪ੍ਰਦਮਨ ਸਿੰਘ ਨੂੰ ਲੁੱੱਚੇ ਗੀਤ ਸੁਣਾਇਆ ਕਰਦਾ ਸੀ ਹਾਂ ਇਹ ਉਹੀ ਇਕਬਾਲ ਸੀ ਆਪਣੀ ਗੈਰ ਹਾਜ਼ਰੀ ਦੇ ਵਿੱਚ 11 ਸਾਲ ਜੋੜ ਕੇ ਮੈਂ ਹਿਸਾਬ ਲਾਇਆ ਹੁਣ ਉਹ ਢੇਡ ਉਮਰ ਯਾਨੀ 50 ਦੇ ਨੇੜੇ ਤੇੜੇ ਹੋਏਗਾ ਥਾਟ ਇਸ ਫਾਇਦ ਹੋ ਗਈ ਹੋਏਗੀ ਹੋ ਸਕਦਾ ਹੁਣ ਮੈਂ ਉਹਨੂੰ ਪਛਾਣ ਨਾ ਸਕਾਂ ਮੇਰਾ ਦਿਲ ਉਹਨੂੰ ਮਿਲਣ ਵਾਸਤੇ ਕੀਤਾ ਪਤਾ ਕਰਦਾ ਕਰਦਾ ਮੈਂ ਇੱਕ ਵੱਡੇ ਸਾਰੇ ਘਰ ਚ ਪਹੁੰਚ ਗਿਆ ਚੋਖੇ ਲੋਕ ਜੁੜੇ ਹੋਏ ਸਨ ਤੇ ਸ਼ਰਾਬ ਦੇ ਦੌਰ ਚੱਲ ਰਹੇ ਸਨ ਕੁਰਸੀਆਂ ਉੱਤੇ ਹਰ ਉਮਰ ਦੇ ਬੰਦੇ ਬੈਠੇ ਸਨ ਫਟਿਆਂ ਵਰਗੇ ਮੇਜ਼ਾਂ ਉੱਤੇ ਸ਼ਰਾਬ ਦੀਆਂ ਬੋਤਲਾਂ ਸ਼ੀਸ਼ੇ ਦੇ ਗਲਾਸ ਤੇ ਪਾਣੀ ਦੇ ਜੱਗ ਰੱਖੇ ਸਨ ਨਮਕੀਨ ਤੇ ਸਲਾਦ ਦੀਆਂ ਪਲੇਟਾਂ ਸਜਾਈਆਂ ਹੋਈਆਂ ਸਨ ਆਓ ਚਾਚਾ ਜੀ ਆਓ ਜੀ ਆਇਆਂ ਨੂੰ ਇੱਕ ਅਧੇੜ ਉਮਰ ਦੇ ਬੰਦੇ ਨੇ ਮੇਰਾ ਸਵਾਗਤ ਕੀਤਾ ਮੈਂ ਉਹਦੇ ਨਾਲ ਹੱਥ ਮਲਾਇਆ ਸੀ ਬੈਠ ਗਏ ਪਛਾਣਿਆ ਤੁਸੀਂ ਉਹਨੇ ਮੁਸਕਰਾ ਕੇ ਪੁੱਛਿਆ ਨਹੀਂ ਮੈਂ ਕਿਹਾ ਥੋੜੀ ਮਦਦ ਕਰੋ ਥੋੜੀ ਕੀ ਪੂਰੀ ਕਰ ਦਿੰਨੇ ਉਹਨੇ ਕਿਹਾ ਮੈਂ ਇਕਬਾਲ ਵਾਵਾ ਮੈਂ ਖੁਸ਼ੀ ਪ੍ਰਗਟ ਕੀਤੀ ਬੜਾ ਚੰਗਾ ਪ੍ਰਬੰਧ ਕੀਤਾ ਤੁਸੀਂ ਤਾਂ ਕਰਨਾ ਹੀ ਪੈਂਦਾ ਚਾਚਾ ਜੀ ਵਿਰੋਧੀ ਧਿਰ ਨੇ ਮਜਬੂਰ ਕਰਤੇ ਆਓ ਤੁਹਾਨੂੰ ਵਿਖਾਈਏ ਮੈਂ ਉਹਦੇ ਪਿੱਛੇ-ਪਿੱਛੇ ਤੁਰ ਪਿਆ ਉਹਨੇ ਇੱਕ ਕਮਰਾ ਦਿਖਾਇਆ ਜਿਹੜਾ ਨਵਾਂ-ਨਵਾਂ ਬਣਿਆ ਜਾਪਦਾ ਸੀ ਉਸ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੋਈ ਸੀ ਜਿਨ੍ਹਾਂ ਦੀਆਂ ਵੋਟਾਂ ਖਰੀਦੀਆਂ ਜਾਂਦੀਆਂ ਨੇ ਉਹਨਾਂ ਤੋਂ ਇੱਥੇ ਸੌਂ ਚੁਕਵਾਈ ਜਾਂਦੀ ਹੈ ਇਕਬਾਲ ਨੇ ਦੱਸਿਆ ਫਿਰ ਉਹਨੇ ਇੱਕ ਹੋਰ ਕਮਰਾ ਦਿਖਾਇਆ ਇਹ ਗੀਤਾ ਵਾਲਾ ਕਮਰਾ ਹੈ ਉਸ ਪਿੱਛੋਂ ਮੈਨੂੰ ਇੱਕ ਥੜੇ ਕੋਲ ਲੈ ਗਿਆ ਜਿੱਥੇ ਇੱਕ ਪਾਸੇ ਝੰਡਾ ਖੜਾ ਸੀ ਥੱਲੇ ਇੱਕ ਪਾਸੇ ਝਾੜੂ ਪਿਆ ਸੀ ਕੁਝ ਲੋਕ ਆਪਣੇ ਜਠੇਰਿਆਂ ਨੂੰ ਮੰਨਦੇ ਨੇ ਆਪਣੇ ਬਜ਼ੁਰਗਾਂ ਨੂੰ ਥੜੇ ਉੱਤੇ ਝਾੜੂ ਫੇਰ ਕੇ ਜਠੇਰਿਆਂ ਦੀ ਸੋਚ ਚੁੱਕਦੇ ਨੇ ਇੱਥੇ ਇਕਬਾਲ ਦੱਸਦਾ ਹੋਇਆ ਆਪਣੇ ਪ੍ਰਬੰਧ ਉੱਤੇ ਫਖਰ ਕਰ ਰਿਹਾ ਸੀ ਉਹਨੇ ਅੱਗੇ ਦੱਸਿਆ ਕਸਮ ਚੁੱਕਣ ਬਾਅਦ ਹਰ ਆਦਮੀ ਨੂੰ ਇੱਕ ਪਰਚੀ ਦਿੱਤੀ ਜਾਂਦੀ ਹੈ ਜਿਸ ਤੇ ਉਹਦਾ ਨਾਂ ਤੇ ਵੋਟ ਨੰਬਰ ਦਰਜ ਹੁੰਦਾ ਹੈ ਪਰਚੀਆਂ ਦੋ ਰੰਗ ਦੀਆਂ ਵੰਡਦੇ ਆ ਗੁਲਾਬੀ ਤੇ ਪੀਲੀਆਂ ਰੰਗ ਵੇਖ ਕੇ ਪੈਸੇ ਦਿੱਤੇ ਜਾਂਦੇ ਆ ਪਰਚੀ ਲੈਣ ਪਿੱਛੋਂ ਸਾਡਾ ਬੰਦਾ ਪਰਚੀ ਵਾਲੇ ਨੂੰ ਉਸ ਥਾਂ ਤੇ ਲੈ ਜਾਂਦਾ ਜਿੱਥੇ ਪੈਸੇ ਦਿੱਤੇ ਜਾਂਦੇ ਆ ਅਸੀਂ ਆ ਕੇ ਕੁਰਸੀਆਂ ਤੇ ਬੈਠ ਗਏ ਹੋਰ ਤੁਸੀਂ ਸੁਣਾਓ ਚਾਚਾ ਜੀ ਕੋਈ ਆਪਣੀ ਕੋਈ ਉਹਨੇ ਪੁੱਛਿਆ ਤਨੂ ਉਹ ਗੱਲ ਯਾਦ ਆ ਮੈਂ ਪੁੱਛਿਆ ਕਿਹੜੀ ਉਹ ਗੀਤ ਗਾਉਣ ਵਾਲੀ ਖੰਭ ਵੇਖਦੇ ਹੁਣ ਬਾਜ਼ਾਰੀ ਰੱਬ ਮਿਲਦਾ ਗਰੀਬੀ ਦਾ ਵੇ ਮੈਂ ਯਾਦ ਕਰਾਇਆ ਲੁੱੱਚੇ ਗੀਤ ਮੈਂ ਜਾਣ ਬੁੱਝ ਕੇ ਛੱਡ ਦਿੱਤੇ ਉਹ ਚੁੱਪ ਹੋ ਗਿਆ ਗੰਭੀਰ ਬਹੁਤ ਗੰਭੀਰ ਜਾਬਦਾਸੀ ਉਹ ਸਮਝ ਗਿਆ ਸੀ ਮੈਂ ਉਹਨੂੰ ਕੀ ਯਾਦ ਕਰਵਾ ਰਿਹਾ ਸੀ ਕਿਉਂ ਯਾਦ ਕਰਾ ਰਿਹਾ ਸੀ ਜੈਲਦਾਰ ਤੇ ਮੋਦਨ ਤਾਂ ਯਾਦ ਹੋਣਗੇ ਉਹਨੂੰ ਚੁੱਪ ਵੇਖ ਕੇ ਮੈਂ ਪੁੱਛਿਆ ਸਭ ਯਾਦ ਆ ਚਾਚਾ ਕੁਝ ਨਹੀਂ ਭੁੱਲੇ ਪਰ ਉਹ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਉਖੜ ਗਿਆ ਜਾਬਦਾਸੀ ਕੁੱਚਿਰ ਚੁੱਪ ਰਣ ਪਿੱਛੋ ਬੋਲਿਆ ਜਾਲਦਾਰ ਤਾਂ ਬਹੁਤ ਚਿਰ ਹੋਇਆ ਪੂਰਾ ਹੋ ਗਿਆ ਮੋਦਨ ਹੋਣੇ ਗਿਆ ਗੁਲਾਬੀ ਪਰਚੀ ਲੈ ਕੇ ਬਸ ਤੇਰੇ ਅੱਗੇ ਅੱਗੇ ਉਹਨੇ ਫੇਰ ਚੁੱਪ ਵੱਟ ਲਈ ਫੇਰ ਆਪ ਹੀ ਬੋਲਿਆ ਚਾਚਾ ਯਾਦ ਤਾਂ ਸਾਰਾ ਕੁਛ ਆ ਕੁਛ ਨਹੀਂ ਭੁੱਲੇ ਪਰ ਹੁਣ ਵਕਤ ਬਦਲ ਗਿਆ ਹੈ ਵਕਤ ਤੋਂ ਨਹੀਂ ਰਿਹਾ ਬਹੁਤ ਕੁਛ ਬਦਲ ਗਿਆ ਹੈ ਤੂੰ ਬਹੁਤ ਕੁਛ ਪੜਿਆ ਤੇ ਲਿਖਿਆ ਹੈ ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਦਿੱਲੀ ਦੱਖਣ ਤੱਕ ਘੁੰਮਿਆ ਹੈ ਸਾਡੇ ਨਾਲੋਂ ਵੱਧ ਗੱਲਾਂ ਤੂੰ ਜਾਣਦਾ ਹੈ ਸਾਡੇ ਨਾਲੋਂ ਬਹੁਤਾ ਸਮਝਦਾ ਹੈ ਤੇਰੇ ਤੋਂ ਕੀ ਲਕੋ ਹੈ ਹੁਣ ਜਮਾਨਾ ਬਦਲ ਗਿਆ ਬਹੁਤ ਪਾਣੀ ਪੁਲਾ ਹੇਠੋਂ ਦੀ ਲੰਘ ਚੁੱਕਿਆ ਹਾਲਾਤ ਨਹੀਂ ਰਹੇ ਉਹ ਕੋਈ ਵੀ ਗੱਲ ਹਾਲਾਤ ਵਿੱਚ ਹੀ ਥਾਂ ਸਿਰ ਲੱਗਦੀ ਹੈ ਬੋਲਦਾ ਬੋਲਦਾ ਇਕਦਮ ਚੁੱਪ ਹੋ ਗਿਆ ਹਾਲਾਤ ਨੂੰ ਕੀ ਹੋ ਗਿਆ ਹੁਣ ਮੈਂ ਪੁੱਛਿਆ ਚਾਚਾ ਤੂੰ ਨਜ਼ਰ ਘੁਮਾ ਕੇ ਵੇਖ ਲੈ ਕੀ ਕੁਝ ਤੇ ਕਿੰਨਾ ਕੁਝ ਬਦਲ ਗਿਆ ਤੈਨੂੰ ਆਪ ਹੀ ਪਤਾ ਲੱਗ ਜੂ ਮੈਨੂੰ ਖਿਜੌਣ ਲੱਗ ਪਈ ਚੁੱਪਚਾਪ ਉਹਦੇ ਵੱਲ ਵੇਖਦਾ ਰਿਹਾ ਮੇਰੀਆਂ ਨਜ਼ਰਾਂ ਦੀ ਤਾਬੂ ਝਲ ਨਹੀਂ ਸਕਿਆ ਤੇ ਬੋਲਿਆ ਪਹਿਲਾਂ ਹਰ ਗੱਲ 'ਚ ਹਰ ਥਾਂ ਰੂਸ ਰੂਸ ਹੁੰਦੀ ਸੀ ਹੁਣ ਹਰ ਗੱਲ 'ਚ ਹਰ ਥਾਂ ਅਮਰੀਕਾ ਅਮਰੀਕਾ ਸੁਣਦੇ ਆ ਹੋਰ ਕੁਝ ਭੁੱਲੇ ਨਹੀਂ ਚਾਚਾ ਸਭ ਯਾਦ ਹੈ ਧੰਨਵਾਦ